ਲੁਧਿਆਣਾ ਵਿਖੇ ਪਲਾਸਟਿਕ ਪਾਬੰਦੀ ਦੇ ਵਿਰੋਧ ਵਿੱਚ ਪਲਾਸਟਿਕ ਕਾਰੋਬਾਰੀਆਂ ਵੱਲੋਂ ਮੁਕੰਮਲ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਈ ਹੈ। ਸਰਕਾਰ ਨੇ ਜੋ ਪਹਿਲੀ ਵਾਰ 40 ਮਾਈਕਰੋਨ ਵਾਲਾ ਪੰਜਾਬ ਵਿੱਚ ਸੀ ਉਹ ਬੰਦ ਕਰ ਦਿੱਤਾ, ਪਰ ਸੈਂਟਰ ਗਵਰਨਮੈਂਟ ਨੇ 50 ਮਾਈਕਰੋਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਨ ਲਈ, ਸਰਕਾਰ ਦੇ ਉੱਤੇ ਸੰਪੂਰਨ ਜ਼ੋਰ ਪਾਉਣ ਦੇ ਲਈ ਸ਼ਾਂਤਮਈ ਤਰੀਕੇ ਨਾਲ, ਸੰਘਰਸ਼ਮਈ ਤਰੀਕੇ ਨਾਲ ਇਸ ਗੱਲ ਲਈ ਅਹਿਸਾਸ ਕਰਾਉਣ ਲਈ ਧਰਨਾ ਲਾਇਆ ਗਿਆ ਕਿ ਸਰਕਾਰ 50 ਮਾਈਕਰੋਨ ਨੂੰ ਜਲਦੀ ਤੋਂ ਜਲਦੀ ਚਾਲੂ ਕਰੇ ਤੇ ਇਹ ਵਪਾਰ ਨੂੰ ਚਲਦਾ ਕਰੇ ਤਾਂ ਜੋ ਵਪਾਰੀ ਆਪਣੇ ਕਾਰੋਬਾਰ ਚਾਲੂ ਕਰ ਸਕਣ। ਪਲਾਸਟਿਕ ਕਾਰੋਬਾਰੀਆਂ ਨੇ ਸਰਕਾਰ ਵੱਲੋਂ ਪਲਾਸਟਿਕ ਲਿਫਾਫਿਆਂ ਤੇ ਲਗਾਈ ਪਾਬੰਦੀ ਦੇ ਵਿਰੋਧ ਵਿੱਚ ਸਰਦਾਰ ਗੁਰਦੀਪ ਸਿੰਘ ਬੱਤਰਾ ਦੀ ਅਗਵਾਈ ਹੇਠ ਮੁਕੰਮਲ ਹੜਤਾਲ ਕਰਕੇ ਚੌਂਕ ਕੇਸਰਗੰਜ ਤੋਂ ਘੰਟਾ ਘਰ ਚੌਂਕ ਤੱਕ ਸ਼ਾਂਤਮਈ ਪੈਦਲ ਮਾਰਚ ਕੀਤਾ। ਕੇਂਦਰ ਸਰਕਾਰ ਦਾ ਕਾਨੂੰਨ ਵੀ ਇਹੀ ਕਹਿੰਦਾ 50 ਮਾਈਕਰੋਨ ਲਿਫਾਫਾ ਵੇਚ ਸਕਦੇ ਹੋ ਔਰ ਅਸੀਂ ਵੇਚ ਰਹੇ ਹਾਂ, ਲੇਕਿਨ ਹੁਣ ਪੰਜਾਬ ਸਰਕਾਰ ਨੇ 50 ਮਾਈਕਰੋਨ ਦੇ ਲਿਫਾਫੇ ਦੇ ਉੱਤੇ ਵੀ ਬੈਨ ਕਰ ਦਿੱਤਾ ਗਿਆ, ਕੈਰੀ ਬੈਗ ਨੂੰ ਪੂਰਨ ਪਾਬੰਦੀ ਕਰ ਦਿੱਤੀ ਗਈ ਹੈ, ਜਿਹਦੇ ਕਰਕੇ ਸਾਡਾ ਵਪਾਰੀ ਵਰਗ ਪੂਰੀ ਤਰ੍ਹਾਂ ਪਰੇਸ਼ਾਨ ਹੋ ਚੁੱਕਾ ਹੈ, ਬੇਰੁਜ਼ਗਾਰ ਹੋ ਚੁੱਕਾ ਹੈ, ਕਾਰੋਬਾਰ ਬੰਦ ਹੋ ਚੁੱਕੇ ਨੇ। ਪੰਜਾਬ ਸਰਕਾਰ, ਬਾਦਲ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਕਾਰੋਬਾਰ ਨੂੰ 50 ਮਾਈਕਰੋਨ ਲਿਫਾਫਾ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਪਲਾਸਟਿਕ ਲਿਫਾਫਿਆਂ ਤੇ ਲੱਗੀ ਪਾਬੰਦੀ ਤੁਰੰਤ ਹਟਾਉਣ ਦੀ ਮੰਗ ਕੀਤੀ। ਕੇਂਦਰ ਸਰਕਾਰ ਨੇ ਪਲਾਸਟਿਕ ਦੇ ਉੱਤੇ ਜੋ ਆਦੇਸ਼ ਜਾਰੀ ਕੀਤੇ ਨੇ ਕਿ 50 ਮਾਈਕਰੋਨ ਤੋਂ ਉੱਪਰ ਜਿੰਨੇ ਵੀ ਪਲਾਸਟਿਕ ਦੇ ਕੰਮ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ 50 ਮਾਈਕਰੋਨ ਤੋਂ, ਪਰ ਪੰਜਾਬ ਸਰਕਾਰ ਦੀ ਅੱਠ ਧਰਮੀ ਇਹਨਾਂ ਦੇ ਵਪਾਰ ਨੂੰ ਤਬਾਹ ਕਰ ਰਹੀ ਹੈ। ਜਦ ਕੇਂਦਰ ਔਰ ਪੰਜਾਬ ਦੇ ਵਿੱਚ ਇੱਕੋ ਹੀ ਸਰਕਾਰ ਹੈ, NDA ਦੀ ਸਰਕਾਰ ਹੈ, ਗਠਬੰਧਨ ਸਰਕਾਰ ਹੈ, ਮੈਂ ਅਪੀਲ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਿਹੜੇ ਪੰਜਾਬ ਦੇ ਅੰਦਰ 80 ਲੱਖ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਸ਼ਗਨਤਾ ਅਫਸਰਸ਼ਾਹੀ ਕਰ ਰਹੀ ਹੈ। ਅੱਜ ਲੁਧਿਆਣਾ ਨਗਰ ਨਿਗਮ ਦੇ ਲੋਕ, ਅੱਜ ਪੰਜਾਬ ਭਰ ਦੇ ਅੰਦਰ ਪੰਜਾਬ ਨਗਰ ਨਿਗਮ ਦੇ ਲੋਕ ਔਰ ਅਫਸਰਸ਼ਾਹੀ ਇਸ ਵਪਾਰ ਨੂੰ ਤਾਲਾਬੰਦੀ ਕਰਕੇ ਲੋਕਾਂ ਨੂੰ ਸੜਕਾਂ ਨੂੰ ਉਤਰਨ ਲਈ ਮਜਬੂਰ ਕਰ ਰਹੀ ਹੈ। ਇਸ ਮੌਕੇ ਤੇ ਗੁਰਦੀਪ ਸਿੰਘ ਬੱਤਰਾ ਤੋਂ ਇਲਾਵਾ ਪਨੀਸ਼ ਜੀ, ਸੁਨੀਲ ਮਹਿਰਾ, ਰਕੇਸ਼ ਮਿੱਤਲ ਅਤੇ ਭਾਰੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਹਿੱਸਾ ਲਿਆ। ਹਿੰਦੁਸਤਾਨ ਦੇ ਸਾਰੇ ਅਲੱਗ ਅਲੱਗ ਟ੍ਰੇਡਰ ਐਸੋਸੀਏਸ਼ਨਾਂ ਦੇ ਸਾਰੇ ਵਪਾਰੀ ਭਾਈਆਂ ਨੂੰ ਕਹਿਣਾ ਕਿ ਅੱਜ ਇਹਨਾਂ ਲਿਫਾਫਿਆਂ ਵਾਲਿਆਂ ਦੇ ਉੱਤੇ ਅਗਰ ਮੁਸੀਬਤ ਆਈ ਹੈ ਤਾਂ ਇਹਨਾਂ ਦਾ ਆਪਾਂ ਖੁੱਲ੍ਹ ਕੇ ਸਾਥ ਦਈਏ, ਤਾਂ ਕਿ ਇਸ ਗੌਰਮੈਂਟ ਨੂੰ ਹਿਲਾ ਦਈਏ, ਤਾਂ ਕਿ ਹੋਰ ਟ੍ਰੇਡਰ ਉੱਤੇ ਹੋਰ ਬਿਜ਼ਨਸ ਉੱਤੇ ਜਿਹੜੀ ਗੌਰਮੈਂਟ ਨੇ ਆਪਣਾ ਸਖਤੀਆਂ ਕਰ ਰਹੀ ਹੈ ਉਸ ਤੋਂ ਬਚਿਆ ਜਾਵੇ। ਸਾਰੇ ਵਪਾਰੀ ਭਾਈ ਇਕੱਠੇ ਹੋਣ ਔਰ ਆਪਾਂ ਇਹਨਾਂ ਮਿਲ ਜੁਲ ਕੇ ਇਹਨਾਂ ਦਾ ਸਾਥ ਦੇ ਕੇ ਇੱਕ ਵਾਰੀ ਇਹ ਗੌਰਮੈਂਟ ਨੂੰ ਹਿਲਾ ਕੇ ਦਿਖਾਈਏ, ਦੱਸੀਏ ਕਿ ਅਸੀਂ ਐਸੋਸੀਏਸ਼ਨਾਂ ਇਕੱਠੀਆਂ ਹੋ ਜਾਣ, ਵਪਾਰੀ ਭਾਈ ਇਕੱਠੇ ਹੋ ਜਾਣ, ਲੋਕ ਇਕੱਠੇ ਹੋ ਜਾਣ, ਤਾਂ ਇਸ ਹਿੰਦੁਸਤਾਨ ਦੇ ਹਰ ਕਾਨੂੰਨ ਨੂੰ ਬਦਲਿਆ ਜਾ ਸਕਦਾ ਹੈ। ਜਿੱਥੇ ਰੁਜ਼ਗਾਰ ਦਾ ਮਸਲਾ ਹੋਵੇਗਾ ਉੱਥੇ ਸਾਰੇ ਵਪਾਰੀ ਸਾਡੇ ਇਕੱਠੇ ਹੋਣਗੇ, ਅਸੀਂ ਸਾਰੇ ਇਕਜੁੱਟ ਹੋ ਕੇ ਸਾਰੇ ਇਸ ਮਸਲੇ ਨੂੰ ਹੱਲ ਕਰਾਂਗੇ। ਲੁਧਿਆਣਾ ਤੋਂ CNI ਲਈ ਕੈਮਰਾਮੈਨ ਸੁਖਦੇਵ ਦੀ ਰਿਪੋਰਟ।